ਸਤਿ ਸ਼੍ਰੀ ਅਕਾਲ ਜੀ ਸਰ, ਮੇਰਾ ਨਾਮ ਸੰਦੀਪ ਡੇ, ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਦੇਖੋ ਬਾਈ ਗੁਰਸ਼ਿੰਦਰ ਸਿੰਘ ਕੋਲ ਆ ਚੁੱਕੇ ਆ, ਜੋ ਅੱਜ ਵੀ ਝੋਟੀਆਂ ਲੈ ਕੇ ਆਉਂਦੀਆਂ ਬੜੀਆਂ ਕੁਆਲਿਟੀ ਵਾਲੀਆਂ ਅਤੇ ਭਾਅ ਵੀ ਨਿੱਕੇ ਨਿੱਕੇ ਹੋਣਗੇ। ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਬਸ ਠੀਕ ਠਾਕ ਹੈ ਜੀ, ਵਧੀਆ ਨਜ਼ਾਰੇ ਵੱਜੇ ਆ ਜੀ ਪੂਰੇ। ਆ ਸੋਟੀ ਨੇ ਮੇਰੇ 'ਤੇ ਵੀ ਇੱਕ ਲੈ ਗਿਆ, ਇੱਕ ਇਹ ਪੜਨਾ ਜੇ ਕਾ ਦੂਜੀ ਵਾਲੀ ਜਿਹੜੀ ਬਾਕੀ ਸੰਦੀਪ ਡੇਅਰੀ ਫਾਰਮ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਉਂਕਿ ਇਹਨਾਂ ਦੇ ਸੰਯੋਗ ਨਾਲ ਹੀ ਸਾਰਾ ਕੰਮ ਚੱਲੀ ਜਾਂਦਾ ਅਤੇ ਬਾਬੇ ਦੀ ਕਿਰਪਾ ਬੜੀ ਆਈ ਚਲਾਈ ਚੱਲੀ ਜਾਂਦੀ ਹੈ, ਰੋਟੀ ਪਾਣੀ ਅਤੇ ਇਹੋ ਹੀ ਆ। ਮੈਂ ਤਾਂ ਵਾਰ ਵਾਰ ਇਹੋ ਬੇਨਤੀ ਕਰਦਾ ਵੀ ਸੱਚਾ ਸੁੱਚਾ ਹੀ ਕੰਮ ਰੱਖੋ, ਨਾ ਬਹੁਤਾ ਧੋਖਾ ਕਿਸੇ ਨਾ ਕਰੋ। ਮਾੜਾ ਮੋਟਾ ਚੱਲ ਜਾਂਦਾ, ਹਰ ਇੱਕ ਨੂੰ ਪਤਾ ਹੁੰਦਾ ਵੀ ਨਿਕਲ ਹੁੰਦੀ, ਪਰ ਇਹ ਆ ਵੀ ਜਿਹੜਾ ਝੂਠ ਲਾ ਬਿਲਕੁਲ ਆਟੇ ਵਿੱਚ ਲੂਣ ਲੂਣ ਗੁੰਨੀ ਜਾਣਾ ਉਹ ਗੱਲ ਨਹੀਂ ਬਣਦੀ, ਅਤੇ ਗਾਹਕ ਨਾਲ ਧੋਖਾ ਜਿਹੜਾ ਉਹ ਫਿਰ ਮਾੜਾ ਹੋ ਜਾਂਦਾ। ਗਾਹਕ ਨੇ ਪਤਾ ਨਹੀਂ ਬਾਈ ਕਿੱਥੋਂ ਰੁਪਈਆ ਦੇਣਾ, ਕਿੱਦਾਂ ਇਕੱਠੇ ਕਰਕੇ ਕਿਹੜੇ ਤਰੀਕੇ ਨਾਲ ਵਿਚਾਰੇ ਨੇ ਦੇਣੇ, ਅਤੇ ਇਹਦਾ ਜਦੋਂ ਬਿਲਕੁਲ ਝੂਠ ਨਿਕਲ ਆਉਂਦਾ ਫਿਰ ਮਾੜਾ ਕੰਮ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਮੇਰਾ ਭਰਾ ਕਮੈਂਟ ਵੀ ਕਰਦੇ ਉਹਨਾਂ 'ਤੇ ਚੰਗੇ ਚੰਗੇ ਕਰਿਆ ਕਰੋ, ਕਿਉਂਕਿ ਬੜੀ ਮਿਹਨਤ ਜੀ ਸਾਡੀ। ਹਾਂਜੀ, ਬਹੁਤ ਸਾਰਾ ਦਿਨ ਇਹੋ ਜਿਹੀ ਧੁੱਪ ਦੇ ਵਿੱਚ ਗੇੜੀਆਂ ਦੇ ਕੇ ਲੋਕਾਂ ਦੇ ਬੂਹੇ ਜਦੋਂ ਖੜਕਾਈ ਦੇ ਨੇ ਜਾ ਕੇ, ਤਾਂ ਬਾਈ ਕੋਈ ਖੋਲਦਾ ਨਹੀਂ, ਤਾਂ ਬਿਲਕੁਲ ਬਿਲਕੁਲ ਸੁੱਤੇ ਹੁੰਦੇ ਆ ਲੋਕ ਸਾਰੇ, ਪਰ ਸਾਡੀ ਉਹ ਗੱਲ ਵੀ ਹੁਣ ਕਿਰਤ ਵਾ ਹਲ ਕਰਨੀ ਪੈਣੀ, ਅਤੇ ਚਲੋ ਅੱਜ ਕਰੀਏ ਸ਼ੁਰੂ। ਚਲੋ ਗੱਲਾਂ ਆ ਬਾਈ, ਝੋਟੀ ਨਾ ਦੂਜਾ ਸੁਬਾਹ ਖੁੱਲੀ ਆ। ਅੱਛਾ, ਮਗਰ ਇਹਦੇ ਕੱਟੀ, ਠੀਕ ਆ, ਇਹਨੂੰ ਅੱਜ ਸਤਵਾਂ ਦਿਨ ਸੂਈ ਦੇਣਾ। ਹਾਂਜੀ, ਤੇ ਸਤਵੇਂ ਦਿਨ ਅੱਜ ਵੇਖੋ ਬਿਜਲੀ ਘਰ ਬਣਿਆ ਨਾ, ਕਿ ਬਿਜਲੀ ਘਰ ਦੋਨਾਂ ਬੰਨੇ, ਦੋਨਾਂ ਬੰਨੇ ਹਨਾ, ਦੋਨਾਂ ਪਾਸੇ, ਇੱਕ ਪਾਸੇ ਨਹੀਂ ਦੋਨਾਂ ਬੰਨੇ। ਅੱਜ ਸਤਵੇਂ ਦਿਨ ਇਹਦੇ ਕੋਲੇ ਦੁੱਧ, ਹਾਂਜੀ, ਮਤਲਬ 13-14 ਕਿਲੋ, 13-14 ਕਿਲੋ ਹੈਗਾ। ਹਾਂ, ਆਪਾਂ 13 ਦੀ ਓਟ ਤੇ ਦੇਵਾਂਗੇ। ਲਓ ਜੀ ਵੇਖੋ, ਕਿਉਂਕਿ ਭੈਣ ਭਰਾ ਨੇ ਜਿੰਨੇ ਵੀ ਸੰਦੀ ਵੇ ਆਪਾਂ ਨਾ ਕੰਮ ਕਰਦੇ ਆਂ, ਹਾਂਜੀ, ਤੈਨੂੰ ਕਦੀ ਫੋਨ ਨਹੀਂ ਨਾ ਆਇਆ ਜੀ ਦਾ ਬਾਈ, ਉਹਨੇ ਆ ਕੰਮ, ਬਿਲਕੁਲ ਸਹੀ ਹੈ ਨਾ, ਸਹੀ ਹੈ ਜੀ, ਅੱਗੇ ਵੀ ਇਦਾਂ ਹੀ ਰਹੂਗਾ। ਹਾਂ ਹਾਂ, ਲਓ ਜੀ ਵੇਖੋ, ਜਿੱਦਾਂ ਦਾ ਕਹਿੰਦੇ ਵਾਕਈ ਨਗੀਨਾ ਹੀ ਆ, ਨਗੀਨਾ ਹੀ, ਨਗੀਨਾ ਹੀ ਆ ਜੀ, ਕੁਆਲਿਟੀ ਆ ਝੋਟੀ ਪੂਰੀ, ਪਿੱਛੋਂ ਮੈਂ ਭਾਰੀ ਖੁੱਲੀ ਵਜਨਦਾਰ, ਬਾਕੀ ਹਰ ਉਹ ਆਪਣਾ ਹਰੇਕ ਮਤਲਬ ਜਿਹੜਾ ਕਾਰੋਬਾਰੀ ਬੰਦਾ ਉਹਨੂੰ ਪਛਾਣ ਪਛਾਣ ਹੈ ਜੀ। ਮੇਰੇ ਕੋਲ ਨਾ ਪਿਛਲੀ ਵਾਰੀ ਝੋਟੀ ਸੀ, ਪਹਿਲੇ ਨੰਬਰ 'ਤੇ ਮੈਂ ਪਾਈ, ਅਤੇ ਸਾਰਿਆਂ ਨਾਲ ਵੱਧ ਫੋਨ ਉਹਦੇ ਆਏ। ਅੱਛਾ, ਇੱਕ ਨੰਬਰ ਚੰਗੇ ਚੰਗੇ ਢੰਗ ਹੈ ਕਿ ਨਹੀਂ, ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੀਆਂ ਚੰਗੀਆਂ ਲਿਆਈਏ, ਪਰ ਉਹ ਹੀ ਗੱਲ ਵਾਰ ਵਾਰ ਆ ਜਾਂਦੀ ਹੈ ਵੀ ਲੋਕਾਂ ਨੇ ਬੜੀ ਮੇਰੀ ਗੱਲ ਨੋਟ ਕੀਤੀ ਸੀ। ਹਾਂਜੀ, ਵੀ ਸਾਰੇ ਜਿਹੜੇ ਇੱਟਾਂ ਦੇ ਗਾਹਕ ਨਹੀਂ ਹੁੰਦੇ ਰੋੜਿਆਂ ਦੇ, ਰੋੜਿਆਂ ਦੇ, ਬਿਲਕੁਲ ਜੀ, ਅਤੇ ਕਈ ਵਾਰੀ ਮੈਨੂੰ ਫੋਨ ਕਰਕੇ ਵੀ ਇਹ ਗੱਲ ਕਹਿੰਦੇ ਆ ਵੀ ਭਰਾਵਾ ਅਸੀਂ ਰੋੜਿਆਂ ਦੇ ਗਾਹਕ, ਅਤੇ ਇੱਦਾਂ ਵਾ ਵੀ ਚੰਗੇ ਦਾ ਚੰਗਾ ਗਾਹਕ ਹੈ, ਮਾੜੇ ਦਾ ਮਾੜਾ, ਬਿਲਕੁਲ, ਜਿੱਦਾਂ ਦਾ ਲੈਣਾ ਜਿੰਨਾ ਗੁੜ ਪਾਉਣਾ ਉਨਾ ਮਿੱਠਾ ਹੋਣਾ। ਇਹ ਬਾਈ ਇਹਦਾ ਅਸਲੀ ਤੁਹਾਨੂੰ ਦੱਸਾਂ ਸੱਚਾਈ, ਜੇ ਇਸ ਰੁੱਤ ਵਿੱਚ 13-14 ਕਿਲੋ ਦੁੱਧ ਸਤਵੇਂ ਦੇਣਾ ਨਾ, ਇਹ 17-18 ਦੇ ਵੀ ਜਾ ਸਕਦੀ ਹੈ ਜਿਹੜੀ ਇਹਦੀ ਝੋਲੀ ਹੈ, ਝੋਲੀ ਹੈ, ਕਿਉਂਕਿ ਜੇ ਟਾਈਮ ਨਹੀਂ ਹੋਇਆ, ਟਾਈਮ ਨਹੀਂ, 5:30 ਵਜੇ ਮੈਂ ਚੋਣੀ ਹੈ, 1:30 ਦਾ ਟਾਈਮ ਹੈ। ਹਾਂਜੀ, ਇਸ ਤਰ੍ਹਾਂ ਵਾ ਵੀ ਜਦੋਂ ਪੂਰੀ ਬਾਜ਼ਾਰ 'ਤੇ ਆਊਗੀ ਤਿਆਰੀ ਕਰੇਗੀ ਨਾ ਤੁਹਾਡੀ 5-7 ਦਿਨਾਂ ਨੂੰ, 16-17 ਕਿਲੋ ਕਰ ਜੂਗੀ, 18 ਵੀ ਪਾ ਸਕਦੀ, ਅਤੇ ਇਹ ਹੈ ਤਾਂ 2 ਲੱਖ ਵਾਲੀ ਹੈ, ਪਰ ਹੁਣ ਫਿਰ ਪਾੜਾ ਉਹ ਆ ਜਾਂਦਾ ਜੇ ਅਸੀਂ 2 ਮੰਗ ਲਿਆ ਫਿਰ ਸਾਡਾ ਨਾਂ ਨਹੀਂ ਹੋ ਰਹਿੰਦਾ, ਸਹੀ ਹੈ ਨਾ, ਇਹਦਾ ਮੁੱਲ 1:35, ਆਪਾਂ 1:30 ਦੀ ਦੇ ਦੇਣੀ,
ਸਾਡੇ ਨਾਲ ਵਾਰੀਆਂ ਨਾ ਬਹੁਤੀਆਂ ਲਾਵੇ ਕਿਉਂਕਿ ਝੋਟੀ ਜਿਹੜੀ ਜ਼ਿਆਦਾ ਰੁਪਈਆਂ ਦੀ ਬਿਲਕੁਲ ਚੰਗੀ ਚੰਗੀ ਬਾਈ ਬਹੁਤ ਆਹ ਝੋਟੀ ਵੀ ਨਾ ਸੰਦੀਪ ਦੂਜਾ ਸੂਗਾ ਹਾਂਜੀ ਦੁੱਧ ਇਹਦੇ ਕੋਲ ਵੀ 10 ਕਿਲੋ ਅੱਛਾ ਹਾਂ ਤੇ ਦੋ ਤਿੰਨ ਚਾਰ ਡੰਗ ਜਿਹੜਾ ਮਰਜ਼ੀ ਮੇਰੇ ਕੋਲ ਨਾਪ ਕੇ ਲੈ ਇਹ ਵੀ ਖੋਲੋ ਲੋ ਜੀ ਇਹ ਵੀ ਦੇਖੋ ਡਿਜ਼ਾਈਨ ਵਾਲੇ ਡੰਗਰ ਆ ਸਾਫ ਸੁਥਰੇ ਆ ਥਣ ਥੁਣ ਬਹੁਤ ਸੋਹਣੇ ਲੰਮੇ ਵਧੀਆ ਕੱਢਣਗੇ ਬਾਹਰ ਬੰਨੇ ਇਹ ਵੇਖੀ ਜੀ ਨਹੀਂ ਬਾਈ ਉਹ ਸੂਈ ਆ ਕੱਲ ਅੱਛਾ ਅਜੇ ਨਹੀਂ ਜੀ ਪਾਉਣੀ ਅਗਲੀ ਵੀਡੀਓ ਚ ਪਾਵਾਂਗੇ ਪਹਿਲਾ ਸੂਆ ਹੈ ਪਤਾ ਗੱਲ ਕੀ ਆ ਮੈਂ ਹੁਣੇ ਆ ਵੀ ਕਹਿ ਕੇ ਹਟਿਆ ਹਾਂਜੀ ਵੀ ਯਾਰ ਕਿਸੇ ਨਾਲ ਕੋਈ ਧੋਖਾ ਨਾ ਹੋ ਹਾਂ ਉਹ ਹੁਣ ਪਹਿਲਾ ਸੂਆ ਹੈ ਜੇ ਉਹ ਥੋੜੀ ਜਿਹੀ ਔਲ ਵੀ ਕਰ ਆਪਾਂ ਚੱਕ ਕੇ ਵਿੱਚ ਪਾ ਕੇ ਵੀ ਚੱਲ ਕਿਸੇ ਨੇ ਲੈ ਜਾਣੀ ਆ ਉਹ ਕੰਮ ਨਹੀਂ ਕੋਈ ਇਹਦਾ ਸੰਦੀਪ ਮੁੱਲ 1.5 ਵੀ ਕਰਿਆ ਚੱਲ ਜਾਣਾ ਹਾਂਜੀ ਤੇ ਆਪਾਂ 95,000 ਦਾ ਮੁੱਲ ਰੱਖਿਆ ਠੀਕ ਆ ਹੋਰ 2,000 ਛੋਟ ਕਰ ਛੱਡਾਂਗੇ ਚਲੋ ਜਾਣ ਦੋ ਹਾਂ ਠੀਕ ਆ ਜਾ ਹਾਂ ਜੀ ਇਹ ਵੀ ਨਗੀਨਾ ਹੀ ਅਸਲੀ ਰੁਕ ਜੀ ਬੇਗਾ ਖਾਰੇ ਖਾਰੇ ਚੰਗੀ ਝੋਟੀ ਬਜੇ ਹੈ ਮੈਂ ਕਹਿੰਦਾ 14 ਕਿਲੋ ਦੁੱਧ ਬਈ ਤਿਆਰ ਹੈ ਹੁਣ 14 ਕਿਲੋ 14 ਕਿਲੋ ਤਿਆਰ ਖੁੱਲ ਖੁੱਲ ਅਜੇ ਆਪਣੇ ਕੋਲ ਉਪਰਾ ਕਰ ਲਈਆਂ ਨੇ ਹਾਂ ਪੂਰਾ ਜਿੱਦਾਂ ਦੇ ਨੇ ਮੱਡੀ ਮੈਂ ਪੂਰੀ ਪੂਰੀ ਦੇਖੋ ਗਰਮੀ ਬਾਈ ਬੜੀ ਆ ਇੰਨੀ ਗਰਮੀ ਦੇ ਵਿੱਚ ਤਾਂ ਬੁਰਾ ਹਾਲ ਹੋਇਆ ਵਾ ਪਸ਼ੂ ਸਾਂਭੇ ਨੀ ਜਾਂਦੇ ਨਹੀਂ ਬੜੀ ਚੰਗੀ ਜਿੰਨੀ ਮੋਟੀ ਧਾਰ ਨਗੀਨਾ ਸੋਹਣਾ ਨਗੀਨਾ ਪੂਰਾ ਜਿਹਨੂੰ ਕਹਿੰਦੇ ਨਾ ਪੂਰੀ ਚੀਜ਼ ਆ ਤੇ ਇਹਦਾ ਆਪਣਾ ਨਾ ਮੁੱਲ ਸੰਦੀਪ 1,15 ਦੁਬਾਰਾ ਪਾਣੀ ਪੁਣ ਪੁਣ ਕੇ ਲਿਆਈ ਮੈਂ ਗੋਲੀ ਖੋਲ ਲਿਆਂਦੀ ਇਹ ਝੋਟੀ ਜਿਹੜੀ ਆ ਨਾ ਬਈ ਆਹ ਜਿਹੜੀ ਡਬਲ ਕਰ ਜਾਂਦੀ ਅੱਛਾ ਪੂਰਾ ਲੰਮਾ ਥਾਣ ਚੁਆ ਇੰਨਾ ਮੋਟਾ ਹੀ ਹੋਊਗਾ ਜਿੰਨਾ ਮੋਟਾ ਇਹ ਅਜੇ 2 ਦੰਦ ਆ
ਤਿੰਨ ਝੋਟੀਆਂ ਲੈ ਕੇ ਆਇਆ। ਬਹੁਤ ਨਸਲ ਬੜਾ ਚੰਗਾ ਜੀ। ਦੋ ਦੰਦ ਕੱਟੀ ਦੇ ਪਿੱਠ ਵੇਖ ਪਿੱਠ ਵੀ ਤੇ ਥਾਣੇ ਵੇਖਣ ਵਾਲੇ ਵੇਖ ਲਿਬਾਸ ਵੇ ਤਰਨ ਤਾਰਨ ਏਰੀਏ ਚ ਦਿੱਤੀ ਆ, ਉਹ ਵੀ ਮੈਂ ਨੰਬਰ ਦੇ ਦਾਂਗਾ, ਬੇਸ਼ੱਕ ਪੁੱਛ ਲੈਣ ਕੋਈ ਵੀ ਜਾ ਕੇ। 14-15 ਕਿਲੋ ਪਹਿਲਾਂ ਨੇ ਕੱਢੇ ਹੋਏ, ਹਾਂ ਇਹ ਦਊਗੀ ਇਹ ਵੀ, ਠੀਕ ਹੈ, ਕਿਉਂਕਿ 12-13 ਕਿਲੋ ਦੁੱਧ ਪੱਕਾ ਦਊਗੀ। ਅੱਜ ਕੱਲ੍ਹ ਦੋ ਦੰਦ ਡੰਗਰ ਆਵੇ, ਇਹਨੂੰ ਕਹਿੰਦੇ ਆ, ਇਹਨੂੰ ਅਸਲੀ ਚੀਜ਼ ਨਸਲ ਕਹਿੰਦੇ, ਨਸਲ ਹਾਂਜੀ। ਇਹ ਤਾਂ ਹੁਣ ਡੇਢ ਵਾਲੀ ਹੈ, ਤੇ ਬਾਕੀ ਹੈਗੀ ਹੈਗੀ ਨਾ ਹੈਗੀ ਆ। ਆਪਾਂ ਨਾ ਡੇਢ ਡੂਢ ਕੋਈ ਨਹੀਂ ਮੁੱਲ ਇਹਦਾ, 1-5 ਮੁੱਲ ਕਰਦੇ ਹਾਂ ਬਿਲਕੁਲ, ਹਾਂ ਅਤੇ ਨਾ ਛੋਟਾ ਮੁੱਲ 95 ਦੀ ਦਿੱਤਾ ਹਰਿਆਣੇ ਹੁੰਦੀ। ਹੁਣ ਜੇ ਚੰਗੇ ਬਰੀਡਰ ਕੋ ਕਿਤੇ ਚਲੇ ਜਾਂਦੀ, ਓਹਨੇ ਤਿਆਰ ਕਰਨੀ, ਓਹਨੇ ਮਿਹਨਤ ਕਰਨੀ, ਮਿਹਨਤ ਕਰਕੇ ਫੇਰ ਇਹਦਾ ਮੁੱਲ, ਠੀਕ ਹੈ ਨਾ। ਅਸੀਂ ਤੇ ਆਨੇ ਆ ਵੀ ਚਲੋ ਆਈ ਚਲਾਈ ਚੱਲਦੀ ਰਹੇ, ਸਾਡਾ ਵੀ ਕਿਤੇ ਬੱਚਾ ਲਾ ਕੇ ਨਾ ਕਸਮਾ ਕੇ ਕਿਤੇ ਨਜ਼ਾਰਾ ਆ ਜਾਂਦਾ ਚਵਾਈ ਕਰ। 8-9 ਕਿਲੋ ਦੀ ਸਟਾਰਟਿੰਗ ਆ ਬੋਲੇ ਦੀ, ਬਾਕੀ ਪਰਮਾਤਮਾ ਸੁੱਖ ਰੱਖੇ ਜਿਹੜਾ ਵੀ ਖੜੇ ਆ, ਬਸ ਯਾਦ ਆ ਵੇਖੋ ਜੀ, ਆ ਤਾਜੇ ਬੱਚੇ ਬਿਲਕੁਲ ਚੈੱਕ ਕਰ ਲਓ, ਹਾਂ ਜੀ ਯਾਦ ਬਿਲਕੁਲ ਤਾਜਾ, 4 ਦਿਨ ਦਾ ਬੱਚਾ ਜਿਹੜਾ। ਤੇ ਦੇਖੋ ਬਹੁਤ ਸੋਹਣਾ ਰੇਟ ਆ, ਹੁਣ ਮੈਂ ਤੁਹਾਨੂੰ ਘਟਾਉਣ ਦੀ ਲੋੜ ਨਹੀਂ, ਕਿਉਂਕਿ ਪਹਿਲੀ ਰੇਟ ਨਹੀਂ, ਮੈਂ ਬਿਲਕੁਲ ਭਾਈ ਬੋਲੀ ਜਾਇਜ਼ ਕਰਦਾ ਵੀ, ਪਤਾ ਕੀ ਗੱਲ ਆ ਵੀ ਅਗਲਾ ਲੈ ਜੇ ਲੈ ਜੇ, ਅਸੀਂ ਛੋਟੇ ਛੋਟੇ ਮੁੱਲ ਬਿਲਕੁਲ ਆਪਣੇ ਵੱਲੋਂ ਜਿੰਨੀ ਮਿਹਨਤ ਕਰੀਦੀ ਆ ਨਾ ਉਹਦੇ ਅਕੋਰਡਿੰਗ ਨਿੱਕਾ ਨਿੱਕਾ ਮੁੱਲ ਕਰੀਦਾ, ਵੀ ਐਵੇਂ ਕੋਈ ਇਹ ਨਹੀਂ ਗਾ ਕੋਈ 10,000 ਬਸ ਜੀ ਬਸ, ਠੀਕ ਹੈ ਨਾ ਬਿਲਕੁਲ। ਜਿਹਨਾਂ ਕੋਲੋਂ ਲਈਆਂ ਨੇ ਵੀਡੀਓ ਵੇਖਦੇ ਆ, ਪਤਾ ਉਹਨਾਂ ਨੂੰ ਵੀ ਹੈਗਾ, ਹਾਂਜੀ ਹਾਂਜੀ, ਵੀ ਇਹ ਕਿੰਨੇ ਕਿੰਨੇ ਭਾਅ ਪਾਉਣ ਡਿਆ ਵਾ, ਕੀ ਕਰਨ ਡਿਆ, ਹਾਂਜੀ ਹਾਂਜੀ, ਠੀਕ ਹੈ ਨਾ ਬਿਲਕੁਲ ਜੀ। ਚੰਗੇ ਡੰਗਰ ਦਾ ਇਹ ਹੁੰਦਾ ਵੀ ਚਲੋ ਵੱਧਦੇ ਵੱਧਦੇ, ਬਾਕੀ ਪਿੰਡ ਦਾ ਨਾਮ ਮਾਲੀਆ ਜੇ ਬਾਰ ਬਾਰ ਪੁੱਛਦੇ ਆ, ਅਤੇ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਅਤੇ ਤਹਿਸੀਲ ਗੁਰਦਾਸਪੁਰ ਹੀ ਹੈ, ਅਤੇ ਨੇੜੇ ਮਿਰਜ਼ੇ ਦੀਆਂ ਕਰਦੇ, ਠੀਕ ਹੈ ਜੀ, ਕਿਉਂਕਿ ਬਾਰ ਬਾਰ ਫੋਨ ਕਰਕੇ ਨਾ ਇਹੋ ਲੋਕ ਕਹਿੰਦੇ ਨੇ ਵੀ ਯਾਰ ਐਡਰੈਸ ਦੱਸਿਆ ਕਰੋ, ਅੱਜ ਐਡਰੈਸ ਦੱਸਣ ਦਾ ਯਾਦ ਭੁੱਲ ਗਿਆ, ਮਗਰੋਂ ਦੱਸਿਆ, ਮੈਂ ਪਹਿਲਾਂ ਦੱਸਿਆ ਕਰਨਾ, ਚਲੋ ਅਤੇ ਚਲੋ ਬਾਕੀ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਵੱਧ ਤੋਂ ਵੱਧ ਲਾਈਕ ਕਰਿਆ ਕਰੋ। ਸਤਿ ਸ਼੍ਰੀ ਅਕਾਲ ਜੀ।